ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ। ਹੋਪ ਤੁਸੀਂ ਸਾਰੇ ਵਧੀਆ ਹੋਗੇ, ਤਕੜੇ ਅਤੇ ਨਜ਼ਾਰੇ ਲੈ ਰਹੇ ਹੋਗੇ ਜਿੱਥੇ ਤੁਸੀਂ ਹੋਣੇ ਆ ਇਸ ਟਾਈਮ। ਅਤੇ ਮੇਰਾ ਨਾਮ ਸਾਹਿਲ ਹੈ ਜੀ, ਮੈਂ ਨਿਊਜ਼ੀਲੈਂਡ ਤੋਂ ਹਾਂ ਅਤੇ ਇੱਥੋਂ ਦੀ ਲਾਈਫ ਤੁਹਾਨੂੰ ਥੋੜ੍ਹੀ ਬਹੁਤੀ ਦਿਖਾਉਂਦੇ ਰਹਾਂਗੇ ਨਾਲ ਨਾਲ, ਜਿੱਦਾਂ ਜਿੱਦਾਂ ਸਾਡਾ ਦਿਨ ਜਾਂਦਾ ਰਹੂਗਾ। ਅਤੇ ਹੁਣ ਮੈਂ ਜਾ ਰਿਹਾ ਬਾਹਰ ਅਤੇ ਐਕਸੈਸ ਲਾ ਕੇ ਗੇਟ ਖੋਲ੍ਹਾਂਗੇ ਆਪਾਂ, ਤੁਹਾਨੂੰ ਦਿਖਾਉਂਦੇ ਹਾਂ ਵੀ ਇੱਦਾਂ ਦੇ ਕਿੱਦਾਂ ਦੇ ਸਿਸਟਮ ਇੱਥੇ ਬਣਾ ਰੱਖੇ ਇਹਨਾਂ ਨੇ, ਪੂਰੀ ਸਿਕਿਉਰਿਟੀ। ਗੇਟ ਖੋਲ੍ਹਤਾ ਅਤੇ ਸਾਹਮਣੇ ਮਾਰਕੀਟ ਹੈ, ਜਾਨਸ ਸੁਪਰ ਮਾਰਕੀਟ, ਚੀਨੀਆਂ ਦੀ ਮਾਰਕੀਟ ਹੈ ਇਹ। ਆਹ ਪਾਰਕਿੰਗ ਹੈ ਇਹਨਾਂ ਦੀ ਬਿਲਡਿੰਗ ਦੀ ਜਿਹੜੀ, ਜਿੱਥੇ ਮੈਂ ਰਹਿੰਦਾ। ਅਤੇ ਇੱਥੇ ਅੱਜ ਕੱਲ੍ਹ ਇਹ ਬਹੁਤ ਚੱਲ ਰਿਹਾ ਡਿਲੀਵਰੀ ਜੀ, ਕਿੱਦਾਂ ਨਹੀਂ ਜਿੱਦਾਂ ਆਪਣੇ ਇੰਡੀਆ 'ਚ ਹੈਗਾ ਉਬਰ ਈਟ, ਇੱਥੇ ਚੱਲਦਾ ਡਿਲੀਵਰੀ ਜੀ, ਡਿਲੀਵਰੀ ਜੀ, ਇਹ ਕਰਦੇ ਆ ਡਿਲੀਵਰ ਫੂਡ। ਆਹ ਗੱਡੀ ਇੱਥੇ ਖੜ੍ਹੀ ਸੀ ਬੀ ਆਰ ਬੜੇ ਦਿਨਾਂ ਦੀ ਬਾਈਕ, ਅੱਜ ਮੌਸਮ ਬਹੁਤ ਵਧੀਆ ਬੜੇ ਦਿਨਾਂ ਬਾਅਦ। ਸਾਹਮਣੇ ਮੀਟ ਸ਼ੋਪ ਹੈ, ਪ੍ਰੈਸਟਨਸ ਮੀਟ ਬੁੱਚਰਸ, ਅਤੇ ਨੀਅਰਲੀ ਹੈਗੀ ਹੈ 1904 ਦੀ ਬਣੀ ਹੋਈ ਹੈ ਜੀ। ਕੰਸਟਰਕਸ਼ਨ ਚੱਲ ਰਹੀ ਹੈ ਸਾਹਮਣੇ ਬਿਲਡਿੰਗ ਦੇ ਵਿੱਚ, ਵਧੀਆ ਕੰਮ ਹੈ ਕੰਸਟਰਕਸ਼ਨ ਦਾ ਇੱਥੇ, ਲੋਕ ਬੜੀ ਮਿਹਨਤ ਕਰਦੇ, ਖਿੱਚ ਕੇ ਕਰਦੇ ਕੰਮ। ਚੱਲ ਰਿਹਾ ਬਾਹਰ ਲੱਗਿਆ ਮੈਪ, ਕੰਸਟਰਕਸ਼ਨ ਸਾਈਟ, ਪਹਾੜਾਂ ਦੇ ਵਿੱਚ ਬੜਾ ਸੋਹਣਾ ਵਿਊ। ਅੱਜ ਗੱਡੀਆਂ ਖੜ੍ਹੀਆਂ ਇੱਥੇ ਸਾਰੀਆਂ, ਗਾਰਡਨ ਗ੍ਰੀਨਰੀ, 8 to 6 ਮੰਡੇ ਟੂ ਫਰਾਈਡੇ ਐਕਸੈਪਟ ਫੋਰ ਰੈਜੀਡੈਂਟਸ। ਆਹ ਲੱਗਿਆ ਮੇਰੇ ਪਿੱਛੇ ਬੋਰਡ ਪਾਰਕਿੰਗ ਦਾ, ਇੱਕ ਆਹ ਲੱਗਿਆ ਬੋਰਡ ਪਿੱਛੇ ਗੱਡੀ ਪਾਰਕਿੰਗ ਦਾ। ਅੱਠ ਤੋਂ ਛੇ ਮੰਡੇ ਟੂ ਫਰਾਈਡੇ, ਪਹਿਲੇ 2 ਘੰਟੇ ਫਰੀ ਪਾਰਕਿੰਗ ਦੇ। ਅਤੇ ਕੈਮਰਾ ਯਾਰ ਫਟਣਾ ਜਾਂ ਨਹੀਂ ਆ ਰਿਹਾ, ਕਿੱਦਾਂ ਫੜਨਾ, ਕੋਈ ਨਾ। ਆਹ ਖੜੀ ਮੇਰੀ ਗੱਡੀ, ਅਤੇ ਮੈਂ ਵੀ ਹੁਣ ਕੰਮ ਨੂੰ ਆਹਦਾ ਖਿੱਚ ਦੀ ਤਿਆਰੀ ਥੋੜ੍ਹੀ ਜਿਹੀ। ਟਰੱਕ ਆ ਰਿਹਾ ਮਗਰੇ, ਵੇਸਟ ਦਾ ਟਰੱਕ ਹੈ, ਵੇਸਟ ਰਬੀਸ ਲੈਣ ਲਈ ਆ ਰਿਹਾ ਟਰੱਕ ਹੈ ਨਾ, ਇਹਦਾ ਟਰੱਕ ਹੁੰਦਾ ਰਬੀਸ਼ ਪਿਕਅਪ ਕਰਨ ਲਈ ਚੱਲਦੇ ਆ ਟਰੱਕ ਇੱਦਾਂ ਦੇ। ਪਾਸ ਵਿਦ ਕੇਅਰ, ਲਾਈਫ ਇੱਥੋਂ ਦੀ ਬੜੀ ਸਿੰਪਲ ਜੀ ਹੈ, ਕਿ ਤੁਹਾਨੂੰ ਪੂਰਾ ਜਿਹੜਾ ਕੰਮ ਹੈ ਠੋਕ ਕੇ ਪੂਰਾ ਕਰਨਾ ਪੈਣਾ, ਇੱਥੇ ਕੰਮ ਤੁਹਾਨੂੰ ਪੂਰਾ ਠੋਕ ਕੇ ਹੀ ਕਰਨਾ ਪੈਣਾ, ਇੱਥੇ ਬਿਨਾਂ ਕੰਮ ਕੀਤੇ ਬਿਨਾਂ ਇੱਥੇ ਗੱਡੀ ਚੱਲਦੀ ਨਹੀਂ ਇਸ ਕੰਟਰੀ ਦੇ ਵਿੱਚ। ਕੱਲ੍ਹ ਬਾਰਿਸ਼ ਹੋ ਰਹੀ ਸੀ ਆਉਂਦੇ ਆਉਂਦੇ ਹੋਏ, ਅੱਜ ਮੌਸਮ ਵਧੀਆ। ਇਹਨੇ ਮੈਂ ਅੱਗੇ ਟਰੱਕ ਖੜਾ ਕਰ ਲਿਆ, ਇਹ ਨਿਕਲੂਗਾ ਤਾਂ ਮੈਂ ਨਿਕਲੂੰਗਾ ਫਿਰ। ਪਾਸ ਵਿਦ ਕੇਅਰ, ਬਸ ਇੱਥੋਂ ਦੀ ਸਿੰਪਲ ਜੀ ਪੋਲਿਸੀ ਹੈ, ਕੰਮ ਪੂਰਾ ਖਿੱਚ ਕੇ ਕਰਦੇ ਰਹੋ, ਬਸ ਤੁਹਾਡੀ ਗੱਡੀ ਸਹੀ ਚੱਲੀ ਚੱਲੇਗੀ। ਤੁਸੀਂ ਕੰਮ ਠੇਕ ਖਿੱਚ ਕੇ ਕਰੋ, ਤੁਹਾਡੀ ਗੱਡੀ ਜਿਹੜੀ ਬਿਲਕੁਲ ਸਹੀ ਚੱਲਦੀ ਰਹੂਗੀ। ਥੋੜ੍ਹੇ ਜਿਹੇ ਗਾਣੇ ਗੁਣੇ ਜੇ ਚੱਲ ਜਾਣ ਤਾਂ ਵਧੀਆ ਗੱਲ ਹੈ। ਕਦੇ ਹਿੰਦੀ ਤੇ ਕਦੇ ਪੰਜਾਬੀ, ਕਦੇ ਹਿੰਦੀ ਗਾਣੇ ਤੇ ਕਦੇ ਪੰਜਾਬੀ ਗਾਣੇ ਚੱਲਦੇ ਰਹਿੰਦੇ ਗੱਡੀ 'ਚ। ਥੋੜ੍ਹਾ ਲੱਗਦਾ ਬੰਦਾ ਆਪਣੀ ਕੰਟਰੀ 'ਚ ਘੁੰਮ ਰਿਹਾ। Here we go.
thought you could outsmart the high table. How foolish of you. इंग्लिश फिल्म का चल रहा प्रमोशन, यूट्यूब पे आ रही है एड, यूट्यूब जी चल रही है एड, चल रही है किसी इंग्लिश मूवी का चल रहा प्रमोशन या एड या जो भी ला लो, मशहूरी ला लो, मशहूरी पंजाबी से. बड़ी बड़ी एड है यार. अंग्रेजी समझनी बड़ी जरूरी है गोरियां दी. आ देखो बिना अंग्रेजी तो इतने काम है नहीं गा, तो अंग्रेजी आनी चाहिए है. तो मेरी सानू यही है भी जे इंडिया तुसी आ रहे हो तो आईलैट्स उलैट्स करके अपनी आओ, ता जो तुहानू कोई प्रॉब्लम ना आवे. आईलैट्स करके आओ या पीटी करके आओ, तुहानू किसी तरह की इतने कम्युनिकेशन करन दे विच प्रॉब्लम ना आवे. नहीं तो ऑब्वियस है तुहानू जे भाषा ही नहीं आती किसी कंट्री की, तुसी किद्दां कम्युनिकेट करोगे इत्थे? कम्युनिकेट करने लिए तो जल्दी जल्दी कम्युनिकेट करके गल करके तुसी किस दस तो की प्रॉब्लम चल रही है, की लेना है तुसी, की खरीदना है, की वेचना है, तुहानू गल्लां करनी आनियां चाहीदी अंग्रेजी दे विच. ते गाने मेरे चले नहीं पता नहीं कहाँ तो. फोन इतने वैसे लाओ है नहीं गा गड्डी चलाना, पर मैं सिर्फ गाना बदल रहा और कुछ नहीं कर रहा. अपनी पीटी आईलैट्स करके आओ ता जो तुहानू इत्थे प्रॉब्लम ना आवे. आ देखो कितना बोलते अंग्रेजी, सुनो. With prizes up for grabs like an Isuzu D-Max Ute or a year of food delivery from Deliver Easy. Play now for a 1-in-4 chance to win. ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ, ਜਿੰਨਾ ਕਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ, ਗੱਲਾਂ ਹੀ ਗੀਤ ਰਕਾਨੇ ਮਹਿਫਿਲ ਸੱਦ ਲੈਨੇ ਆ, ਜਦ ਮਰਜ਼ੀ ਦੇ ਗਲੀਆਂ ਕੇ ਹੱਸਦੇ ਹੀ ਰਹਿੰਦੇ ਆ. ਤੁਹਾਡੇ ਕੋਲ ਇੱਥੇ ਕੋਈ ਵੀ ਨਹੀਂ ਹੁੰਦਾ, ਤੁਹਾਨੂੰ ਆਪਣੇ ਆਪ ਨੂੰ ਮੋਟੀਵੇਟ ਕਰਕੇ ਗੱਡੀ ਖਿੱਚਣੀ ਪਏਗੀ, ਮਤਲਬ ਕਿ ਚੱਲਣਾ ਹੀ ਪਏਗਾ ਹੱਸਦੇ ਹੱਸਦੇ. ਹਾਲੇ ਤੂੰ ਰੰਗ ਨਹੀਂ ਤੱਕਿਆ ਚੇਤਰ ਦੀਆਂ ਧੁੱਪਾਂ ਦਾ, ਤੈਨੂੰ ਵੀ ਮੋਹ ਆਊਗਾ ਤੂੜੀ ਦੇ ਧੁੱਪਾਂ ਦਾ, ਕਿੰਨਾ ਹੀ ਵੱਡਾ ਮਨ ਦੇ ਕੇਸਾਂ ਵਿੱਚ ਕੰਘੀਆਂ ਨੂੰ, ਸਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ, ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ, ਜਦ ਮਰਜ਼ੀ ਦੇਖ ਲਿਆ ਕੇ ਕੁਝ. ਸੋ ਜੀ ਮੈਂ ਆ ਗਿਆ ਕੰਮ ਤੇ, ਤੁਹਾਡੇ ਨਾਲ ਕਰਦੇ ਹਾਂ ਗੱਲ ਸ਼ਾਮ ਨੂੰ. ਥੈਂਕ ਯੂ, ਇੰਜੋਏ ਯੋਰ ਡੇ, ਕਰਦੇ ਆਪਾਂ ਗੱਲ ਥੋੜ੍ਹੀ ਦੇਰ ਤੱਕ. ਵਾਂਸ ਅਗੇਨ ਅਤੇ ਥੈਂਕ ਯੂ ਜੀ, ਮੇਰਾ ਕੰਮ ਹੋ ਗਿਆ ਫਿਨਿਸ਼ ਅਤੇ ਮੈਂ ਹੁਣ ਚੱਲਿਆ ਘਰ ਨੂੰ, ਅਤੇ ਆਪਾਂ ਫਿਰ ਕਰਦੇ ਹਾਂ ਗੱਲ. Please like my channel and subscribe my channel. And thank you very much. Have a good one. Enjoy the rest of your day.